ਚੰ드ਰਯਾਨ 3 ਨੇ ਚੰ드ਰਮਾ ਦੇ ਪੰਦ ਵਿੱਚ ਸਫਲਤਾਪੂਰਵਕ ਦਾਖਲਾ ਹਾਸਲ ਕਰ ਲਿਆ ਹੈ ਚੰ드ਰਯਾਨ 3 ਵੱਲੋਂ ਦਰਜ ਕੀਤਾ ਗਿਆ ਇਹ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਪੁਲਾੜ ਯਾਨ ਨੂੰ ਬੰਗਲੌਰੂ ਦੇ ਮਿਸ਼ਨ ਆਪਰੇਸ਼ਨ ਕੰਪਲੈਕਸ ਤੋਂ ਸਫਲਤਾਪੂਰਵਕ ਕਮਾਂਡ ਕੀਤਾ ਗਿਆ ਸੀ ਅਗਲੇ 10 ਦਿਨਾਂ ਵਿੱਚ ਚੰ드ਰਮਾ ਦੇ ਦੱਖਣੀ ਧਰੁਵ ਖੇਤਰ ਵਿੱਚ ਇੱਕ ਸਹੀ ਲੈਂਡਿੰਗ ਸਾਈਟ ਨਿਰਧਾਰਿਤ ਕੀਤੀ ਜਾਵੇਗੀ 23 ਅਗਸਤ ਦੇ ਨੇੜੇ ਤੇੜੇ ਲੈਂਡਰ ਆਰਬਟਰ ਤੋਂ ਵੱਖ ਹੋ ਜਾਵੇਗਾ ਅਤੇ ਦਿਨ ਦੇ ਪ੍ਰਕਾਸ਼ ਦੇ ਸਮੇਂ ਦੇ ਆਧਾਰ ਤੇ ਚੰ드ਰਮਾ ਤੇ ਸਾਫਟ ਲੈਂਡਿੰਗ ਦੀ ਕੋਸ਼ਿਸ਼ ਸ਼ੁਰੂ ਕਰੇਗਾ ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਲੈਂਡਿੰਗ ਸਤੰਬਰ ਲਈ ਮੋੜ ਤੈ ਕੀਤੀ ਜਾਵੇਗੀ ਚੰਦਰਮਾ ਤੇ ਇੱਕ ਦਿਨ ਧਰਤੀ ਦੇ 29 ਦਿਨਾਂ ਦੇ ਬਰਾਬਰ ਹੁੰਦਾ ਹੈ